ਸਤਿ ਸ਼੍ਰੀ ਅਕਾਲ ਮੈਂ ਮਨਵੀਰ ਕੌਰ ਸਤਿ ਸ਼੍ਰੀ ਅਕਾਲ ਮੈਂ ਹਰਸੀ ਬੀ ਸੋਸ਼ਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰਾ ਪਿੰਡ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਨਾਲ ਵਿਆਹ 'ਚ ਗਾਏ ਜਾਣੇ ਲੋਕ ਗੀਤਾਂ 'ਚੋਂ ਇੱਕ ਕਿਸਮ ਹੈ ਦੋਹੇ ਉਹ ਤੁਹਾਡੇ ਨਾਲ ਅਸੀਂ ਕੁਛ ਕੁ ਸਾਂਝੇ ਕਰਾਂਗੇ ਅਤੇ ਕੁਛ ਕੁ ਦੋਹੇ ਤੁਹਾਨੂੰ ਲਾ ਕੇ ਸੁਣਾਵਾਂਗੇ ਦੋਹੇ ਵੱਖ ਵੱਖ ਰਿਸ਼ਤਿਆਂ ਨੂੰ ਸੰਬੋਧਿਤ ਕਰਕੇ ਲਾਏ ਜਾਂਦੇ ਨੇ ਭੈਣਾਂ ਨੂੰ ਭਰਜਾਈਆਂ ਨੂੰ ਦਿਓਰਾਂ ਨੂੰ ਜੇਠਾਂ ਨੂੰ ਤਾਂ ਉਹਦੇ 'ਚ ਹੀ ਕੁਛ ਕੁ ਦੋਹੇ ਅੱਜ ਅਸੀਂ ਤੁਹਾਨੂੰ ਸੁਣਾਉਂਦੇ ਹਾਂ दूरों में आई चल के भैणे सुन के तेरी नी सो मुख तो पल्ला चक दे तू तो बुढ़ सुहागण नियन तो प्यारी हो तेनू भी दोहा दोहा करीनी कबूल नहीं ता दोहा मोड़ दे नहीं हो जा मंजे तो निपाबी कन करी दूर उरले तो पर लिया बैठे आ द्योरा तेरे मोड़े बैठी होरा ने छड़ियां गोरियां तेरी गोरी ने छड़िया वे द्योरा कन करी तू क्यों खड़े वीरा क्यों खड़े वीरा क्यों होए वे दिलगीर गड्डा देंगे दिन शादी हीर क्यों खड़ी थी ये क्यों खड़ी थी ये क्यों होई नी दिलगीर छज पाणगे टूमा दा तेरे अगे लाणगे नी अज दिन शादी वजीर ਹੁਣੇ ਤੁਸੀਂ ਜਿਹੜੇ ਦੋਹੇ ਸੁਣੇ ਉਹਦੇ 'ਚ ਅਲੱਗ ਅਲੱਗ ਰਿਸ਼ਤਿਆਂ ਦੀ ਗੱਲ ਕੀਤੀ ਗਈ ਆ ਅੱਡ ਅੱਡ ਰਿਸ਼ਤਿਆਂ ਨੂੰ ਜਿਹੜੇ ਦੋਹੇ ਲਾਏ ਗਏ ਆ ਹਰੇਕ ਦਾ ਜ਼ਿਕਰ ਹੈ ਤਾਂ ਹੁਣ ਜਿਹੜੇ ਅਗਲੇ ਦੋ ਦੋਹੇ ਅਸੀਂ ਤੁਹਾਨੂੰ ਸੁਣਾਵਾਂਗੇ ਉਹਦੇ 'ਚ ਜਿਵੇਂ ਜੀਜੇ ਆ ਹੈ ਨਾ ਜੀਜੇ ਸਾਲੀ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਮਖੌਲ ਵਾਲਾ ਹੁੰਦਾ ਤਾਂ ਜਿਹੜੀ ਸਾਲੀ ਆ ਉਹ ਆਪਦੇ ਜੀਜੇ ਨੂੰ ਜਿਹੜਾ ਦੋਹਾ ਲਾਉਂਦੀ ਆ ਉਹ ਅਸੀਂ ਤੁਹਾਨੂੰ ਹੁਣ ਦੋ ਦੋਹੇ ਸੁਣਾਵਾਂਗੇ ਢਿੱਡ ਵੀ ਤੇਰਾ ਟੋਕਣਾ ਨੌਮਣ ਰਿਜ ਦੇ ਮੋਠ ਕੜਛਾ ਕੜਛਾ ਵੰਡਤਾ ਕੋਈ ਅਜੇ ਨਰੇਗੀ ਵੇ ਗੁੱਸਾ ਨਹੀਂ ਓ ਮੰਨਣਾ ਤੋਟ ਇੱਥੇ ਜ਼ਮੀਨ ਨਾ ਛੇੜੀਏ ਜੀਜਾ ਖਰੇ ਸੋਨੇ ਦੀ ਦੋਹੇ ਬਥੇਰੇ ਜਾਣਦੀ ਤੈਨੂੰ ਰੱਖੂੰ ਜੁੱਤੀ ਦੇ ਵੇ ਜੀਜਾ ਕੰਨ ਕਰੀ ਹੇਠ ਜਿਹੜੇ ਦੋਹੇ ਤੁਸੀਂ ਹੁਣ ਸੁਣੇ ਸੀ ਇਹ ਜੀਜਾ ਸਾਲੀ ਦੇ ਰਿਸ਼ਤੇ ਨਾਲ ਸੰਬੰਧਿਤ ਸੀਗੇ ਤਾਂ ਜਿਹੜੇ ਅਸੀਂ ਤੁਹਾਨੂੰ ਹੁਣ ਦੋਹੇ ਸੁਣਾਉਂਦੇ ਹਾਂ ਇਹ ਜਦੋਂ ਭੈਣ ਭੈਣ ਦੇ ਘਰ ਵਿਆਹ 'ਤੇ ਆਉਂਦੀ ਹੈ ਮਤਲਬ ਆਪਦੇ ਭਾਣਜੇ ਭਾਣਜੀਆਂ ਦੇ ਘਰ ਵਿਆਹ 'ਤੇ ਜਾਂਦੀ ਹੈ ਉਹਨਾਂ ਦੇ ਤਾਂ ਉਹਦੀ ਭੈਣ ਨੂੰ ਲੱਗਦਾ ਵੀ ਮੇਰਾ ਮੇਰੀ ਭੈਣ ਦੇ ਆਉਣ ਨਾਲ ਮਾਣ ਵੱਧ ਗਿਆ ਤਾਂ ਉਹਨੂੰ ਲੱਗਦਾ ਵੀ ਹੁਣ ਮੇਰੇ ਘਰ ਰੌਣਕਾਂ ਲੱਗੀਆਂ ਨੇ ਮੇਰਾ ਜਿਹੜਾ ਘਰ ਰੌਣਕ ਲੱਗ ਗਈ ਮੇਰਾ ਗਿੱਠ ਗਿੱਠ ਵਿਹੜਾ ਵੱਧ ਗਿਆ ਹੈ ਨਾ ਤਾਂ ਉਹੀ ਜ਼ਿਕਰ ਜਿਹੜਾ ਅਗਲੇ ਦੋਹਿਆਂ 'ਚ ਕੀਤਾ ਹੋਇਆ ਉਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੂੰ ਆਈ ਮੇਰਾ ਮਾਣ ਵਧਿਆ ਭੈਣੇ ਵਿਹੜਾ ਵਧਿਆ ਨੀ ਗਿੱਠ ਚਾਰ ਗਜ ਗਜ ਵੱਧ ਗਏ ਚੌਂਤਰੇ ਤੇਰੇ ਇੱਕ ਹੌਂਸਲੇ ਨੀ ਭੈਣੇ ਮੇਰੀ ਨਾਲ ਤੂੰ ਲੌਂਗ ਮੈਂ ਲਾਚੀਆਂ
ਦੋ ਖਰਬੂਜੇ ਵੱਟ ਮੇ ਪੈਣੇ ਮਿੱਠੇ ਉਹਨਾਂ ਦੇ ਨੀ ਬੀ ਖਾਈ ਪਕੌੜੇ ਰੱਜ ਮੇ ਤੇਰਾ ਵਿੱਚੇ ਨਾ ਰਹਿ ਜੇ ਨੀ ਗੁੱਸਾ ਨਹੀਂ ਉਹ ਮੰਨਣਾ ਜੀ। ਜਿਹੜੇ ਤੁਸੀਂ ਹੁਣ ਦੋਹੇ ਸੁਣੇ ਉਹਦੇ 'ਚ ਇੱਕ ਭੈਣ ਜਦੋਂ ਆਪਦੇ ਭਾਣਜੇ ਭਾਣਜੀਆਂ ਦੇ ਵਿਆਹ 'ਤੇ ਆਉਂਦੀ ਆ, ਮਤਲਬ ਮਾਸੀ ਆਪਦੇ ਭਾਣਜੇ ਭਾਣਜੀਆਂ ਦੇ ਵਿਆਹ 'ਤੇ ਆਉਂਦੀ ਆ, ਤਾਂ ਉਹਦੀ ਭੈਣ ਉਹਨੂੰ ਚਾਅ ਨਾਲ ਇਹ ਦੋਹੇ ਲਾਉਂਦੀ ਆ ਕਿ ਉਹਨੂੰ ਚਾਅ ਹੈ ਉਹਦੇ ਭੈਣ ਭਰਾਵਾਂ ਨੇ ਆ ਕੇ ਉਹਦੇ ਵਿਹੜੇ ਦਾ ਮਾਣ ਵਧਾਇਆ। ਜਿਹੜਾ ਹੁਣ ਅਗਲਾ ਇੱਕ ਦੋਹਾ ਅਸੀਂ ਤੁਹਾਨੂੰ ਸੁਣਾਵਾਂਗੇ, ਉਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਆਪਣੇ ਕੜਾਹੀ ਚੜ੍ਹਦੀ ਆ ਘਰੇ, ਹੈ ਨਾ, ਜਿੰਨੇ ਦਿਨ ਵਿਆਹ ਚੱਲਦਾ ਉਨੇ ਦਿਨ ਜਿਹੜੇ ਆਂਢ ਗੁਆਂਢ ਦੀ ਜਿਹੜੀ ਚੁੱਲ੍ਹੇ ਨਿਉਂਦ ਹੁੰਦੀ ਆ ਵਿਆਹ ਵਾਲੇ ਘਰੇ, ਅਤੇ ਤਵੀ 'ਤੇ ਬਹਿ ਕੇ ਸਾਰੇ ਆਂਢ ਗੁਆਂਢ ਦੀਆਂ ਕੁੜੀਆਂ ਉੱਥੇ ਰੋਟੀਆਂ ਬਣਾਉਂਦੀਆਂ ਨੇ, ਸਬਜ਼ੀ ਵਗੈਰਾ ਸਾਰਾ ਕੁਛ ਉਸੇ ਘਰੇ ਬਣਦਾ, ਤਾਂ ਉਹਦੇ ਨਾਲ ਹੀ ਜੁੜਿਆ ਸਾਡਾ ਇੱਕ ਦੋਹਾ ਜਿਹੜਾ ਅਸੀਂ ਹੁਣ ਤੁਹਾਨੂੰ ਲਾ ਕੇ ਸੁਣਾਵਾਂਗੇ। ਰੋਟੀਆਂ ਵੀ ਕੁੜੇ ਤੂੰ ਲਾਹੇ ਪੈਣੇ ਰੋਟੀਆਂ ਜੇ ਗੱਲ ਹੋਵੇ ਸਾਰ ਮੈਂ ਤੈਨੂੰ ਤਵੀ ਤੋਂ ਦੇਵਾਂ ਨੀ ਗੁੱਸਾ ਨਹੀਂ ਉਹ ਮੰਨਣਾ। ਜਿਹੜੇ ਤੁਹਾਨੂੰ ਅਸੀਂ ਦੋਹੇ ਹੁਣ ਸੁਣਾਏ ਸੀ, ਜਿਵੇਂ ਪਹਿਲਾਂ ਹਰਸੀ ਨੇ ਦੱਸਿਆ ਵੀ ਜਦੋਂ ਬੁੜੀਆਂ ਤਵੀ 'ਤੇ ਰੋਟੀ ਪਕਾਉਂਦੀਆਂ ਨੇ ਤਾਂ ਇੱਕ ਦੂਜੇ ਨੂੰ ਟਿੱਚਰਾਂ ਕਰਦੀਆਂ ਹੋਈਆਂ ਲਾਉਂਦੀਆਂ ਨੇ, ਹੁਣ ਅਸੀਂ ਤੁਹਾਨੂੰ ਜਿਹੜੇ ਅਗਲੇ ਦੋਹੇ ਸੁਣਾਵਾਂਗੇ ਉਹ 'ਚ ਵਿਚੋਲੇ ਨੂੰ ਅਤੇ ਭਰਾ ਨੂੰ ਦੁਆਵਾਂ ਨੇ, ਕਿਉਂਕਿ ਵਿਚੋਲੇ ਨੇ ਦੋ ਘਰਾਂ ਦਾ ਸਾਕ ਜੋੜਿਆ ਹੁੰਦਾ, ਤਾਂ ਉਹ ਕਹਿੰਦੇ ਨੇ ਵੀ ਤੇਰਾ ਪਰਿਵਾਰ ਵਧੇ ਫੁੱਲੇ ਤੂੰ, ਕਿਉਂਕਿ ਦੋ ਘਰਾਂ ਦਾ ਇੰਨਾ ਸੋਹਣਾ ਰਿਸ਼ਤਾ ਇੰਨਾ ਸੋਹਣਾ ਮੇਲ ਮਿਲਾਇਆ, ਤਾਂ ਉਹਨੂੰ ਦੁਆਵਾਂ ਇਸ ਦੋਹੇ ਰਾਹੀਂ ਉਹ ਦਿੰਦੇ ਨੇ, ਅਸੀਂ ਤੁਹਾਨੂੰ ਉਹ ਸੁਣਾਉਂਦੇ ਹਾਂ। ਵਿਚੋਲਿਆ ਵੇ ਤੇਰਾ ਪੁੱਤ ਜੀਵੇ ਵਿਚੋਲਿਆ ਸਾਡਾ ਵਧੇ ਵੇ ਪਰਿਵਾਰ ਐਸਾ ਬੂਟਾ ਲਾ ਦਿੱਤਾ ਜਿਹੜਾ ਵਧੇ ਬਾਬਲ ਦੇ ਵੇ ਜੀਵਨ ਜੋਗਿਆ ਬਾਰ ਉੱਚੀ ਹਵੇਲੀ ਵਿਚੋਲਾ ਨੇ ਕੀ ਖੱਟ ਗਿਆ ਵੀਰਾ ਦੋ ਪਿੰਡਾਂ ਦੇ ਵੇ ਅੱਜ ਦਿਨ ਸ਼ਾਦੀ ਏ ਵਿੱਚ ਦੋ ਖਰਬੂਜੇ ਵੱਟ ਮੇ ਵੀਰਾ ਮਿੱਠੇ ਉਹਨਾਂ ਦੇ ਵੇ ਵੀ ਮਾਮਾ ਚੌਂਕੀਓ ਹੁਣੇ ਜਿਹੜੇ ਤੁਸੀਂ ਦੋਹੇ ਸੁਣੇ ਉਹਦੇ 'ਚ ਵਿਚੋਲੇ ਨੂੰ ਦੁਆਵਾਂ ਦਿੱਤੀਆਂ ਗਈਆਂ ਨੇ, ਹੈ ਨਾ, ਅਤੇ ਇੱਕ ਜਿਹੜਾ ਆਪਦੇ ਭਰਾ ਦੀ ਆ ਉਹ ਤਾਰੀਫ ਕੀਤੀ ਗਈ ਆ। ਜਿਹੜੇ ਅਗਲੇ ਦੋਹੇ ਅਸੀਂ ਲਾਵਾਂਗੇ ਉਹਦੇ 'ਚ ਫਿਰ ਜਿਹੜੇ ਜੀਜੇ ਨੂੰ ਟਿੱਚਰਾਂ ਹੀ ਕੀਤੀਆਂ ਗਈਆਂ ਨੇ, ਹੈ ਨਾ, ਵੀ ਉਹਨੂੰ ਜਾਣ ਜਾਣ ਕੇ ਖਜਾਇਆ ਜਾਂਦਾ ਕਹਿ ਲਓ, ਉਹਨੂੰ ਟਿੱਚਰਾਂ ਕੀਤੀਆਂ ਜਾਂਦੀਆਂ ਨੇ, ਤਾਂ ਉਹਦੇ ਨਾਲ ਜੁੜੇ ਸਾਡੇ ਅਗਲੇ ਦੋ ਦੋਹੇ। ਖੜਾ ਖੜਾ ਤੂੰ ਡਿੱਗ ਪਵੇ ਜੀਜਾ ਡਿੱਗੇ ਗੋਡਿਆਂ ਦੇ ਪਾਰ ਗੋਡੇ ਦੀ ਲੈ ਜੇ ਚੱਪਣੀ ਤੂੰ ਤੁਰੇ ਪੱਬਾਂ ਦੇ ਵੇ ਗੁੱਸਾ ਨਹੀਂ ਉਹ ਮੰਨਣਾ ਪਾਰ ਦੋ ਪਕਾਵਾਂ ਰੋਟੀਆਂ ਜੀਜਾ ਉੱਤੇ ਪੁੱਕਦੀ ਵਿਚਾਰਾ ਕੀ ਕਰੇ ਤੇਰੀ ਕੁੱਤੇ ਵਰਗੀ ਵੇ ਗੁੱਸਾ ਨਹੀਂ ਉਹ ਮੰਨਣਾ ਜੂਨ। ਜਿਹੜੇ ਦੋਹੇ ਤੁਸੀਂ ਹੁਣ ਸੁਣੇ ਇਹ ਜੀਜਾ ਸਾਲੀ ਨਾਲ ਸੰਬੰਧਿਤ ਸੀ, ਅਤੇ ਜਿਹੜੇ ਹੁਣ ਅਸੀਂ ਤੁਹਾਨੂੰ ਅਗਲੇ ਦੋਹੇ ਸੁਣਾਵਾਂਗੇ ਉਹ 'ਚ ਜੋੜੀ ਦੀ ਤਾਰੀਫ ਕੀਤੀ ਹੈ ਅਤੇ ਹੋਣ ਵਾਲੇ ਸਹੁਰੇ ਪਰਿਵਾਰ ਦੀ ਤਾਰੀਫ ਕੀਤੀ ਹੈ, ਸੋ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਸੱਸ ਵੀ ਤੇਰੀ
ਸੀ ਦੋਹੇ ਜੋ ਤੁਸੀਂ ਅੱਜ ਦੇ ਐਪੀਸੋਡ 'ਚ ਸੁਣੇ, ਜਿਹੜੇ ਵਿਆਹ ਵੇਲੇ ਵੱਖ ਵੱਖ ਰਿਸ਼ਤਿਆਂ ਨੂੰ ਸੰਬੋਧਿਤ ਕਰਕੇ ਲਾਏ ਜਾਂਦੇ ਨੇ। ਸੋ ਅਸੀਂ ਅਗਲੇ ਐਪੀਸੋਡ 'ਚ ਤੁਹਾਨੂੰ ਕੋਈ ਵਿਆਹ ਨਾਲ ਜੁੜੇ ਹੋਰ ਲੋਕ ਗੀਤ ਤੁਹਾਡੇ ਨਾਲ ਸਾਂਝੇ ਕਰਾਂਗੇ। ਉਦੋਂ ਤੱਕ ਤੁਸੀਂ ਬੀ ਸੋਸ਼ਲ ਨਾਲ ਜੁੜੇ ਰਹੋ। ਸਤਿ ਸ਼੍ਰੀ ਅਕਾਲ।